ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਨਿਖਿਲ। ਮੈਂ ਬਾਟੀਆ ਨਿਊਰੋਸਾਈਕੈਟ੍ਰਿਕ ਹੋਸਪਿਟਲ ਵਿੱਚ ਐਜ਼ ਆ ਕਾਉਂਸਲਿੰਗ ਸਾਈਕੋਲੋਜਿਸਟ ਕੰਮ ਕਰ ਰਿਹਾ ਹਾਂ। ਅੱਜ ਆਪਾਂ ਗੱਲ ਕਰਾਂਗੇ ਰਿਲੈਪਸ ਬਾਰੇ। ਰਿਲੈਪਸ ਹੁੰਦੇ ਕਿਉਂ ਨੇ? ਸੋ ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਤਾਂ ਇਹ ਸਮਝਣਾ ਪਏਗਾ ਕਿ ਕਦੀ ਵੀ ਰਿਲੈਪਸ ਸਿੱਧਾ ਨਹੀਂ ਹੁੰਦਾ। ਰਿਲੈਪਸ ਦੀਆਂ ਕੁਝ ਸਟੇਜਿਸ ਹੁੰਦੀਆਂ ਨੇ, ਜਿੱਦਾਂ ਕਿ ਸਭ ਤੋਂ ਪਹਿਲੀ ਸਟੇਜ ਹੈਗੀ ਹੈ ਇਮੋਸ਼ਨਲ ਰਿਲੈਪਸ, ਉਸ ਤੋਂ ਬਾਅਦ ਆਉਂਦੀ ਹੈ ਮੈਂਟਲ ਰਿਲੈਪਸ, ਉਸ ਤੋਂ ਬਾਅਦ ਆਉਂਦੀ ਹੈ ਫਿਜ਼ੀਕਲ ਰਿਲੈਪਸ। ਸੋ ਅੱਜ ਆਪਾਂ ਥੋੜ੍ਹਾ ਥੋੜ੍ਹਾ ਇਹਨਾਂ ਤਿੰਨਾਂ ਬਾਰੇ ਸਮਝਾਂਗੇ ਕਿ ਇਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ। ਸੋ ਪਹਿਲੀ ਸਟੇਜ ਹੈਗੀ ਹੈ ਇਮੋਸ਼ਨਲ ਰਿਲੈਪਸ। ਸੋ ਇਮੋਸ਼ਨਲ ਰਿਲੈਪਸ ਕੀ ਹੁੰਦਾ ਹੈ ਕਿ ਜਦੋਂ ਭਾਵਨਾਵਾਂ ਸਾਡੀਆਂ ਸਾਡੇ ਵੱਸ ਵਿੱਚ ਨਹੀਂ ਰਹਿੰਦੀਆਂ। ਜ਼ਿਆਦਾਤਰ ਪੇਸ਼ੈਂਟ ਜਦੋਂ ਘਰ ਜਾਂਦਾ ਹੈ ਉਹਦਾ ਇਮੋਸ਼ਨ ਰਿਲੈਪਸ ਕਦੋਂ ਸਟਾਰਟ ਹੋ ਜਾਂਦਾ ਹੈ, ਜਦੋਂ ਉਹਦੇ ਅੰਦਰ ਇਹ ਸੋਚ ਆ ਜਾਂਦੀ ਹੈ ਕਿ ਸ਼ਾਇਦ ਉਹ ਕੁਛ ਕਰ ਨਹੀਂ ਸਕਦਾ, ਜਾਂ ਉਹਦਾ ਮੂਡ ਲੋਅ ਹੋ ਜਾਂਦਾ ਹੈ, ਜਾਂ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੋ ਜਾਂਦੀ ਹੈ ਜਿਹਦੇ ਕਰਕੇ ਉਹਨੂੰ ਆਪਣਾ ਆਪ ਬੁਰਾ ਫੀਲ ਹੁੰਦਾ ਹੈ, ਉਹਦਾ ਮਨ ਨਹੀਂ ਕਰਦਾ ਕਿ ਉਹ ਕਿਸੇ ਨਾਲ ਗੱਲ ਕਰੇ। ਪੇਸ਼ੈਂਟ ਆਪਣੇ ਆਪ ਨੂੰ ਆਈਸੋਲੇਟ ਕਰ ਲੈਂਦਾ ਹੈ, ਮਤਲਬ ਕਿ ਉਹ ਇਕੱਲਾ ਰਹਿਣਾ ਸਟਾਰਟ ਕਰ ਦਿੰਦਾ ਹੈ, ਕਿਸੇ ਨਾਲ ਗੱਲ ਨਹੀਂ ਕਰਦਾ, ਬਾਹਰ ਨਹੀਂ ਨਿਕਲਦਾ। ਸੋ ਸਭ ਤੋਂ ਪਹਿਲਾਂ ਰਿਲੈਪਸ ਹੈਗਾ ਇਮੋਸ਼ਨਲ ਰਿਲੈਪਸ, ਜਦੋਂ ਉਹਨੂੰ ਉਹਦੀਆਂ ਭਾਵਨਾਵਾਂ ਜਿਹੜੀਆਂ ਉਹਦੀਆਂ ਸੋਚਾਂ ਹੈਗੀਆਂ ਨੇ ਉਹ ਗਲਤ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿਸੇ ਇੰਸੀਡੈਂਟ ਕਰਕੇ, ਕਿਸੇ ਸਿਚੁਏਸ਼ਨ ਕਰਕੇ। ਉਸ ਤੋਂ ਬਾਅਦ ਦੂਸਰਾ ਰਿਲੈਪਸ ਜਿਹੜਾ ਹੈਗਾ ਉਹ ਹੈਗਾ ਮੈਂਟਲ ਰਿਲੈਪਸ। ਮੈਂਟਲ ਰਿਲੈਪਸ ਕੀ ਹੈ? ਜਦੋਂ ਹੁਣ ਉਹ ਪਲੈਨਿੰਗ ਕਰਨੀ ਸਟਾਰਟ ਕਰ ਦਿੰਦਾ ਹੈ, ਮਤਲਬ ਉਹਨਾਂ ਦੇ ਦਿਮਾਗ ਵਿੱਚ ਸੋਚਾਂ ਕਿਹੜੀਆਂ ਆ ਰਹੀਆਂ ਨੇ ਕਿ ਤੂੰ ਨਸ਼ਾ ਲੈ ਲੈ, ਤੂੰ ਸਿਗਰਟ ਪੀ ਲੈ, ਚੱਲ ਤੂੰ ਐਂ ਕਰ, ਤੂੰ ਇੱਕ ਕੂਲ ਲਿਪ ਲੈ ਲੈ। ਹੁਣ ਉਸ ਕੂਲ ਲਿਪ ਨੂੰ ਲੈਣ ਦੀ ਜਾਂ ਉਸ ਸਿਗਰਟ ਨੂੰ ਲੈਣ ਦੀ ਜਾਂ ਉਸ ਪੈਗ ਨੂੰ ਲੈਣ ਦੀ ਉਹਦੇ ਅੰਦਰ ਇੱਕ ਪਲੈਨਿੰਗ ਚੱਲ ਰਹੀ ਹੈ। ਉਹ ਬਹਾਨੇ ਬਣਾ ਰਿਹਾ ਹੈ, ਘਰ ਵਿੱਚ ਜਾਣ ਕੇ ਲੜੇਗਾ, ਕੋਈ ਨਾ ਕੋਈ ਬਹਾਨਾ ਲੱਭੇਗਾ ਜਿਹਦੇ ਨਾਲ ਉਹ ਘਰੋਂ ਬਾਹਰ ਚਲੇ ਜੇ। ਪ੍ਰੋਪਰ ਇੱਕ ਪਲੈਨਿੰਗ ਸ਼ੁਰੂ ਹੋ ਗਈ ਹੈ, ਉਹ ਪਲੈਨਿੰਗ ਦਿਮਾਗ ਵਿੱਚ ਪਲੈਨਿੰਗ ਸਟਾਰਟ ਹੋ ਜਾਂਦੀ ਹੈ ਕਿ ਕਿੱਥੋਂ ਮੈਂ ਪੈਸੇ ਲੈ ਕੇ ਆਵਾਂ ਤਾਂ ਜੋ ਮੈਂ ਆਪਣਾ ਨਸ਼ਾ ਲੈ ਲਾਂ। ਸੋ ਇਹ ਹੋ ਗਿਆ ਉਹਦਾ ਮੈਂਟਲ ਰਿਲੈਪਸ, ਜਦੋਂ ਦਿਮਾਗ ਦੇ ਵਿੱਚ ਸੋਚਾਂ ਆਉਣੀਆਂ ਸਟਾਰਟ ਹੋ ਗਈਆਂ। ਉਸ ਤੋਂ ਬਾਅਦ ਆਉਂਦਾ ਹੈ ਤੀਸਰਾ, ਫਿਜ਼ੀਕਲ ਰਿਲੈਪਸ। ਫਿਜ਼ੀਕਲ ਰਿਲੈਪਸ ਕੀ ਹੈ? ਜਦੋਂ ਪੇਸ਼ੈਂਟ ਜਿਹੜਾ ਹੈਗਾ ਹੈ ਉਹਨੇ ਆਪਣੀਆਂ ਸੋਚਾਂ 'ਤੇ ਜਿਹੜਾ ਮੈਂਟਲ ਰਿਲੈਪਸ ਹੋਇਆ ਸੀ ਉਹਦੇ ਉੱਤੇ ਐਕਸ਼ਨ ਕਰਤਾ, ਮਤਲਬ ਪਹਿਲਾਂ ਉਹ ਪਲੈਨਿੰਗ ਕਰ ਰਿਹਾ ਸੀ ਕਿ ਉਹ ਬਾਹਰ ਜਾ ਕੇ ਕਿਸ ਤਰ੍ਹਾਂ ਕਿੱਥੋਂ ਆਪਣਾ ਸਮਾਨ ਲਏਗਾ, ਕਿਹੜੇ ਬੰਦੇ ਨੂੰ ਮਿਲੇਗਾ, ਜਾਂ ਘਰ ਵਿੱਚ ਕਿਹੜੀ ਇੱਦਾਂ ਦੀ ਗੱਲ ਕਰੇਗਾ ਜਿਹਦੇ ਨਾਲ ਘਰ ਦਾ ਮਾਹੌਲ ਖਰਾਬ ਹੋ ਜੇ ਅਤੇ ਉਹਨੂੰ ਮੌਕਾ ਮਿਲ ਜੇ। ਹੁਣ ਉਹਨੇ ਉਹ ਪਲੈਨਿੰਗ 'ਤੇ ਕੰਮ ਕਰਤਾ ਹੈ, ਉਸ ਪਲੈਨਿੰਗ 'ਤੇ ਉਹਨੇ ਐਕਸ਼ਨ ਕਰਤਾ ਹੈ, ਉਹਨੇ ਕੋਈ ਇਹੋ ਜਿਹਾ ਕੰਮ ਕਰਤਾ ਹੈ ਜਿਹਦੇ ਕਰਕੇ ਉਹ ਬਾਹਰ ਚਲਾ ਗਿਆ, ਨਾਰਾਜ਼ ਹੋ ਕੇ ਬਾਹਰ ਚਲਾ ਗਿਆ, ਜਾਂ ਉਹਨੇ ਕੋਈ ਇਹੋ ਜਿਹਾ ਆਪਣਾ ਘਰ ਕੋਈ ਚੋਰੀ ਕਰਕੇ ਜਾਂ ਕਿਸੇ ਵੀ ਤਰ੍ਹਾਂ ਨਾਲ ਉਹਨੇ ਉਹ ਅਰੇਂਜਮੈਂਟ ਕਰ ਲਿਆ ਹੈ, ਹੁਣ ਉਹ ਬਾਹਰ ਜਾ ਕੇ ਆਪਣਾ ਸਮਾਨ ਲੈਣ ਲਈ ਤਿਆਰ ਹੈ। ਮਤਲਬ ਉਹਨੇ ਆਪਣੇ, ਇਹ ਹੋ ਸਕਦਾ ਹੈ ਕਿਸੇ ਫਰੈਂਡ ਨੂੰ ਕਾਲ ਕਰਤਾ ਹੈ ਕਿ ਹਾਂ ਤੂੰ ਮੈਨੂੰ ਸਮਾਨ ਪਕੜਾ ਜਾ। ਸੋ ਇਹ ਤੀਸਰੀ ਸਟੇਜ ਹੈ ਜਦੋਂ ਉਹਦਾ ਫਿਜ਼ੀਕਲ ਰਿਲੈਪਸ ਹੁੰਦਾ ਹੈ, ਜਦੋਂ ਪੇਸ਼ੈਂਟ ਸਮਾਨ ਨੂੰ ਯੂਜ਼ ਕਰਦਾ ਹੈ, ਜਦੋਂ ਕੋਈ ਸਬਸਟਾਂਸ ਜੋ ਵੀ ਉਹ ਲੈ ਰਿਹਾ ਹੈ ਉਹਨੂੰ ਯੂਜ਼ ਕਰਦਾ ਹੈ। ਸੋ ਸਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਫਿਜ਼ੀਕਲ ਰਿਲੈਪਸ ਦੇ ਵਿੱਚ ਪੇਸ਼ੈਂਟ ਨੂੰ ਰੋਕਣਾ ਜਾਂ ਪੇਸ਼ੈਂਟ ਦਾ ਆਪਣੇ ਆਪ ਨੂੰ ਰੋਕਣਾ ਬਹੁਤ ਜ਼ਿਆਦਾ ਮੁਸ਼ਕਿਲ ਹੁੰਦਾ ਹੈ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਜਦੋਂ ਉਹਦਾ ਇਮੋਸ਼ਨਲ ਰਿਲੈਪਸ ਹੋ ਰਿਹਾ ਹੈ, ਮਤਲਬ ਕਿ ਜਦੋਂ ਪੇਸ਼ੈਂਟ ਇਕੱਲਾ ਰਹਿਣਾ ਸ਼ੁਰੂ ਕਰਤਾ ਹੈ, ਆਈਸੋਲੇਸ਼ਨ ਵਿੱਚ ਰਹਿਣ ਦੇ ਪਿਆ ਹੈ, ਗੱਲ ਨਹੀਂ ਕਰ ਰਿਹਾ, ਸ਼ੇਅਰ ਨਹੀਂ ਕਰ ਰਿਹਾ, ਆਪਣੇ ਆਪ ਨੂੰ ਉਹ ਇੱਦਾਂ ਦੇਖ ਰਿਹਾ ਹੈ ਕਿ ਜਿਵੇਂ ਉਹ ਨਕਾਰਾ ਹੋ ਗਿਆ ਹੈ, ਕੰਮ ਨਹੀਂ ਕਰ ਸਕਦਾ ਕੋਈ, ਸੋ ਅਸੀਂ ਉਦੋਂ ਹੀ ਉਹਦੇ ਨਾਲ ਸ਼ੇਅਰਿੰਗ ਕਰਨੀ ਸ਼ੁਰੂ ਕਰ ਦਈਏ, ਉਦੋਂ ਹੀ ਉਹਦੇ ਨਾਲ ਗੱਲ ਕਰਨੀ ਸ਼ੁਰੂ ਕਰ ਦਈਏ ਤਾਂ ਜੋ ਉਹ ਬਾਕੀ ਸਟੇਜਾਂ ਵਿੱਚ ਜਾਏ ਹੀ ਨਾ। ਸੋ ਐਜ਼ ਅ ਫੈਮਿਲੀ ਸਾਡਾ ਫਰਜ਼ ਹੈ ਕਿ ਅਸੀਂ ਇਸ ਚੀਜ਼ ਦਾ ਧਿਆਨ ਰੱਖੀਏ, ਅਤੇ ਐਜ਼ ਅ ਪੇਸ਼ੈਂਟ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਆਪ ਨੂੰ ਦੇਖਦੇ ਰਹੀਏ ਕਿ ਮੈਂ ਇਮੋਸ਼ਨਲ ਰਿਲੈਪਸ 'ਚ ਤਾਂ ਨਹੀਂ ਜਾ ਰਿਹਾ, ਅਤੇ ਜੇ ਮੈਂ ਇਮੋਸ਼ਨਲ ਰਿਲੈਪਸ 'ਚ ਜਾ ਰਿਹਾ ਤਾਂ ਮਤਲਬ ਅੱਗੇ ਜਾ ਕੇ ਮੈਨੂੰ ਮੈਂਟਲ ਰਿਲੈਪਸ ਆ ਸਕਦਾ ਹੈ। ਸੋ ਮੈਂ ਆਪਣੇ ਆਪ ਨੂੰ ਪਹਿਲਾਂ ਉੱਥੇ ਹੀ ਸ਼ੇਅਰਿੰਗ ਕਰ ਲਾਂ, ਕਿਸੇ ਨੂੰ ਦੱਸਦਾ ਕਿ ਮੈਨੂੰ ਕਿੱਦਾਂ ਦੀਆਂ ਸੋਚਾਂ ਆ ਰਹੀਆਂ ਨੇ, ਮੈਨੂੰ ਲੱਗਦਾ ਪਿਆ ਹੈ ਕਿ ਮੈਂ ਕੁਛ ਕਰ ਨਹੀਂ ਸਕਦਾ ਤਾਂ ਜੋ ਮੈਂ ਉਸ ਚੀਜ਼ ਤੋਂ ਬਾਹਰ ਆ ਸਕਾਂ। ਸੋ ਅੱਜ ਦੀ ਵੀਡੀਓ ਵਿੱਚ ਅਸੀਂ ਇਹ ਜਾਣਦੇ ਹਾਂ ਕਿ ਰਿਲੈਪਸ ਡਾਇਰੈਕਟ ਨਹੀਂ ਹੁੰਦੇ, ਇਹਨਾਂ ਪਿੱਛੇ ਕੋਈ ਨਾ ਕੋਈ ਕਹਾਣੀ ਹੁੰਦੀ ਹੈ, ਕੋਈ ਨਾ ਕੋਈ ਮੈਟਾਕੋਗਨੀਸ਼ਨ ਹੁੰਦਾ ਹੈ ਜਿਹਦੇ ਕਰਕੇ
ਸਟਾਰਟਿੰਗ ਹੁੰਦੀ ਹੈ ਇੱਕ ਸੋਚ ਦੀ, ਜਿਹੜੀ ਕਿ ਅੱਗੇ ਜਾ ਕੇ ਮੈਂਟਲ ਰਿਲੈਪਸ ਵਿੱਚ ਬਦਲਦੀ ਹੈ, ਜਿਹੜੀ ਉਹਨੂੰ ਬਾਅਦ ਵਿੱਚ ਸੌਣ ਨਹੀਂ ਦਿੰਦੀ। ਉਹ ਪਲੈਨਿੰਗ ਕਰਦਾ ਹੈ ਅਤੇ ਫਿਰ ਇੱਕ ਟਾਈਮ ਆਉਂਦਾ ਹੈ ਕਿ ਉਸ ਪਲੈਨਿੰਗ ਉੱਤੇ ਉਹ ਕੰਮ ਕਰ ਦਿੰਦਾ ਹੈ। ਸੋ ਇਸ ਤੋਂ ਬਚਣ ਲਈ ਅਸੀਂ ਕੋਸ਼ਿਸ਼ ਕਰਾਂਗੇ, ਅਸੀਂ ਆਪਣੇ ਪੇਸ਼ੈਂਟ ਦੇ ਨਾਲ, ਆਪਣੀ ਫੈਮਿਲੀ ਦੇ ਨਾਲ ਵੱਧ ਤੋਂ ਵੱਧ ਕਮਿਊਨੀਕੇਸ਼ਨ ਲੈ ਕੇ ਆਈਏ, ਵੱਧ ਤੋਂ ਵੱਧ ਸ਼ੇਅਰਿੰਗ ਕਰੀਏ, ਸਾਡੀ ਫੈਮਿਲੀ ਵਿੱਚ ਕਮਿਊਨੀਕੇਸ਼ਨ ਗੈਪ ਨਾ ਹੋਵੇ। ਅਤੇ ਆਪਣੇ ਕਾਉਂਸਲਰ ਦੇ ਨਾਲ, ਆਪਣੇ ਡਾਕਟਰ ਦੇ ਨਾਲ ਹਮੇਸ਼ਾ ਆਪਣੀ ਸ਼ੇਅਰਿੰਗ ਕਰਦੇ ਰਹੀਏ ਕਿ ਸਾਡੀਆਂ ਸੋਚਾਂ ਕਿੱਦਾਂ ਦੀਆਂ ਚੱਲਦੀਆਂ ਪਈਆਂ ਨੇ। ਸੋ ਥੈਂਕ ਯੂ ਫੋਰ ਵਾਚਿੰਗ ਦਿਸ ਵੀਡੀਓ।